ਟੱਬ ਟ੍ਰਾਂਸਫਰ ਬੈਂਚ ਦੀ ਵਰਤੋਂ ਕਰਕੇ ਨਹਾਉਣਾ ਬਾਥ ਟੱਬ ਵਿੱਚ ਵੜਨ ਅਤੇ ਉਸ ਤੋਂ ਨਿਕਲਣ ਲਈ ਟੱਬ ਟ੍ਰਾਂਸਫਰ ਬੈਂਚ ਦੀ ਵਰਤੋਂ ਕਰੋ ਬੈਂਚ ਦੀਆਂ ਦੋ ਲੱਤਾਂ ਟੱਬ ਦੇ ਅੰਦਰ ਅਤੇ ਦੋ ਲੱਤਾਂ ਬਾਹਰ ਹੁੰਦੀਆਂ ਹਨ ਇਸ ਨੂੰ ਇਸ ਹਿਸਾਬ ਨਾਲ ਰੱਖੋ ਕਿ ਇਹ ਤੁਹਾਡੇ ਗੋਡਿਆਂ ਤੋਂ 2 ਇੰਚ ਉੱਪਰ ਹੋਵੇ ਟੱਬ ਵਿੱਚ ਵੜਨ ਲਈ ਬੈਂਚ ਵੱਲ ਪਿੱਠ ਕਰਕੇ ਖੜੇ ਹੋ ਜਾਓ ਆਪਣੀ ਸਰਜਰੀ ਵਾਲੀ ਲੱਤ ਅੱਗੇ ਨੂੰ ਪਸਾਰੋ ਅਤੇ ਬੈਂਚ ਦੀ ਕੁਰਸੀ ਤੇ ਬਣੇ ਢੋ ਦਾ ਸਹਾਰਾ ਲਾਓ ਕੁਰਸੀ ਉੱਪਰ ਪਿੱਛੇ ਨੂੰ ਖਿਸਕੋ ਅਤੇ ਆਪਣੀਆਂ ਲੱਤਾਂ ਟੱਬ ਵਿੱਚ ਲਿਆਓ ਜੇ ਤੁਹਾਡੇ ਚੂਲੇ ਦੀ ਸਰਜਰੀ ਹੋਈ ਹੈ ਤਾਂ ਟੂਟੀਆਂ ਤੱਕ ਪਹੁੰਚ ਕਰਨ ਲਈ ਅੱਗੇ ਨੂੰ ਨਾ ਝੁਕੋ ਕਿਉਂਕਿ ਅਜਿਹਾ ਕਰਨ ਨਾਲ ਚੂਲੇ ਸਬੰਧੀ ਸਾਵਧਾਨੀਆਂ ਦੀ ਉਲੰਘਣਾ ਹੁੰਦੀ ਹੈ ਅੱਗੇ ਝੁਕਣ ਤੋਂ ਬਚਣ ਲਈ ਹੱਥ ਵਿੱਚ ਫੜਨ ਵਾਲਾ ਸ਼ਾਵਰ ਆਪਣੇ ਬੈਂਚ ਨਾਲ ਲਗਾਓ ਅਤੇ ਟੱਬ ਵਿੱਚ ਵੜਨ ਤੋਂ ਪਹਿਲਾਂ ਹੀ ਪਾਣੀ ਚਲਾ ਲਓ ਟੱਬ ਵਿੱਚੋਂ ਨਿਕਲਣ ਲਈ ਆਪਣੀਆਂ ਲੱਤਾਂ ਨੂੰ ਇੱਕ ਪਾਸੇ ਲੈ ਕੇ ਆਓ ਅਤੇ ਉਹਨਾਂ ਨੂੰ ਬਾਥ ਟੱਬ ਦੇ ਉੱਪਰੋਂ ਲੰਗਾਓ ਖਿਸਕ ਕੇ ਬੈਂਚ ਦੇ ਖੁੰਜੇ ਤੱਕ ਆਓ ਕੁਰਸੀ ਦੇ ਢੋ ਨੂੰ ਫੜ ਕੇ ਰੱਖੋ ਆਪਣੀ ਸਰਜਰੀ ਹੋਈ ਲੱਤ ਨੂੰ ਪਸਾਰੋ ਅਤੇ ਆਪਣੀ ਮਜ਼ਬੂਤ ਲੱਤ ਅਤੇ ਬਾਹਾਂ ਦੇ ਜ਼ੋਰ ਨਾਲ ਖੜੇ ਹੋ ਜਾਓ ਟੱਬ ਦੇ ਅੰਦਰ ਅਤੇ ਬਾਹਰ ਨਾ ਤਿਲਕਣ ਯੋਗ ਬਾਥ ਮੈਟ ਦੀ ਵਰਤੋਂ ਕਰੋ